हेलो फ्रेंड्स, आप जी का मेरे यूट्यूब चैनल में बहुत बहुत स्वागत है। सो अज्ज दी वीडियो दे विच असीं डिस्कस करांगे ओ काफ़ी ज़्यादा जिहड़े डाउट्स जिहड़े कैंडीडेट्स फेस करते पए ने कि उन्हां नूं काफ़ी ज़्यादा डाउट्स है कि जिहड़े डाइट विच सर्टिफिकेट आ गए है ओह सर्टिफिकेट सानूं किवें मिलूगे, डाइट का एड्रैस की है, उस तो बाद साडे हले डिग्री का जिहड़ा DMC है ओह नहीं आया, साडा हले फर्स्ट ईयर कंप्लीट है, उस तो बाद साडे को जिहड़ा सैकेंड ईयर है ओहदा जिहड़ा या फाइनल ईयर का साडे को DMC नहीं है, ਕਿਹੜੇ ਕਿਹੜੇ ਡਾਕੂਮੈਂਟਸ ਹੈ ਜਿਹੜੇ ਆਪਾਂ ਲੈ ਕੇ ਜਾਣੇ ਹੈ ਜਦੋਂ ਸਾਨੂੰ ਜਿਹੜਾ ਸਰਟੀਫਿਕੇਟ ਮਿਲਣਾ ਹੈ PSTET 2018 ਦਾ। ਉਸ ਤੋਂ ਬਾਅਦ ਕੀ ਸਿਰਫ ਉਹੀ ਪਰਸਨ ਜਾਏਗਾ ਆਪਣਾ ਸਰਟੀਫਿਕੇਟ ਲੈਣ ਜਿਹਨੇ ਪੇਪਰ ਦਿੱਤਾ ਸੀ ਜਾਂ ਜਿਹਦਾ ਸਰਟੀਫਿਕੇਟ ਹੈ ਜਾਂ ਕੋਈ ਵੀ ਪਰਸਨ ਜਾ ਸਕਦਾ ਹੈ। ਸੋ ਇਹ ਸਾਰੇ ਜਿਹੜੇ ਡਾਊਟਸ ਹੈ ਜਿਹੜੇ ਕੁਐਸਚਨਸ ਆ ਇਹਨਾਂ ਸਾਰਿਆਂ ਦਾ ਜਿਹੜੇ ਸੋਲੂਸ਼ਨ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪ੍ਰੋਵਾਈਡ ਕਰੂੰਗਾ। ਸੋ ਉਸ ਤੋਂ ਪਹਿਲੇ ਮੈਂ ਤੁਹਾਨੂੰ ਰਿਕੁਐਸਟ ਕਰਨਾ ਚਾਹਾਂਗਾ ਕਿ ਜੇਕਰ ਤੁਸੀਂ ਸਾਡੇ ਯੂਟਿਊਬ ਚੈਨਲ 'ਤੇ ਨਏ ਹੋ ਤਾਂ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨੋਟੀਫਿਕੇਸ਼ਨਸ ਆਨ ਕਰ ਲਓ ਸੋ ਡੈਟ ਇਨ ਫਿਊਚਰ ਜਿਹੜਾ ਵੀ ਨਵਾਂ ਲੇਟੈਸਟ ਅਪਡੇਟ ਆਏਗਾ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮਲੀ ਮਿਲਦਾ ਰਹੇ। ਤਾਂ ਚਲੋ ਦੇਖਦੇ ਹਾਂ ਇਹਨਾਂ ਸਾਰੇ ਕੁਐਸਚਨਸ ਦਾ ਆਨਸਰ। ਤਾਂ ਸਭ ਤੋਂ ਪਹਿਲੇ ਦੇਖੋ ਜੀ, ਡਾਇਟ ਦਾ ਐਡਰੈਸ ਤੁਸੀਂ ਕਿੱਥੋਂ ਲੈਣਾ ਹੈ? ਡਾਇਟ ਦਾ ਐਡਰੈਸ ਫਿਲਹਾਲ ਤੁਹਾਨੂੰ ਗੂਗਲ ਤੋਂ ਮਿਲ ਜਾਣਾ ਹੈ। ਜੇਕਰ ਤੁਹਾਨੂੰ ਗੂਗਲ ਤੋਂ ਐਡਰੈਸ ਨਹੀਂ ਮਿਲਦਾ ਤਾਂ ਤੁਸੀਂ ਕਰਨਾ, ਜਿਨ੍ਹਾਂ ਨੇ ਪੁਰਾਣਾ ਆਪਣਾ PSTET ਕੁਆਲੀਫਾਈ ਕੀਤਾ ਹੋਣਾ ਹੈ ਤੁਸੀਂ ਨਾ ਕੋ ਵੀ ਕਨਫਰਮ ਕਰ ਸਕਦੇ ਹੋ। ਜੇਕਰ ਕੋਈ ਤੁਹਾਡੇ ਨੌਨ ਵਿੱਚ ਇੱਦਾਂ ਦਾ ਪਰਸਨ ਨਹੀਂ ਹੈ ਤਾਂ ਤੁਸੀਂ ਕਿਸੇ ਸਕੂਲ ਤੋਂ ਵੀ ਇਹ ਜਿਹੜਾ ਡਾਇਟ ਦਾ ਐਡਰੈਸ ਹੈ ਵੈਰੀਫਾਈ ਕਰਵਾ ਸਕਦੇ ਹੋ, ਉਹਦਾ ਪੁੱਛ ਸਕਦੇ ਹੋ। ਜਿਹੜੇ ਵੀ ਤੁਹਾਡੇ ਕੁਲੀਗ ਵਗੈਰਾ ਜੌਬ ਕਰਦੇ ਨੇ ਇਨ ਗੌਰਮੈਂਟ ਸਕੂਲਸ, ਤੁਸੀਂ ਉਹਨਾਂ ਕੋਲ ਪੁੱਛ ਸਕਦੇ ਹੋ, ਉਹਨਾਂ ਦੇ ਪ੍ਰਿੰਸੀਪਲਸ ਵਗੈਰਾ ਕੋਲ ਸਾਰੀ ਇਨਫੋਰਮੇਸ਼ਨ ਹੁੰਦੀ ਹੈ ਡਾਇਟਸ ਦੀ। ਦੂਸਰੀ ਗੱਲ ਹੈ ਜੀ, ਡਾਕੂਮੈਂਟ ਤੁਸੀਂ ਕਿਹੜੇ ਕਿਹੜੇ ਲੈ ਕੇ ਜਾਣੇ ਹੈ। ਜੇ ਮੈਂ ਗੱਲ ਕਰਾਂ ਜਲੰਧਰ ਦੀ, ਉੱਥੋਂ ਜਿਹੜੇ ਕੈਂਡੀਡੇਟਸ ਨੇ ਆਪਣਾ ਸਰਟੀਫਿਕੇਟ ਲਿਆ ਉਹ ਉੱਥੇ ਆਪਣਾ BEd ਦਾ ਸਰਟੀਫਿਕੇਟ ਲੈ ਕੇ ਗਏ ਸੀ, ਆਪਣੀ ਜਿਹੜੀ ਰੋਲ ਨੰਬਰ ਸਲਿਪ ਸੀ PSTET ਦੀ ਉਹ ਲੈ ਕੇ ਗਏ ਸੀ ਅਤੇ ਆਪਣਾ ਆਧਾਰ ਕਾਰਡ ਲੈ ਕੇ ਗਏ ਸੀ। ਅਗਰ ਮੈਂ ਗੱਲ ਕਰਾਂ ਗੁਰਦਾਸਪੁਰ ਦੀ, ਉੱਥੇ ਸਿਰਫ ਕੈਂਡੀਡੇਟ ਆਪਣਾ ਆਧਾਰ ਕਾਰਡ ਲੈ ਕੇ ਗਿਆ ਸੀ ਅਤੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਸਰਟੀਫਿਕੇਟ ਸੀ, ਆਹ ਹੈ ਸਰਟੀਫਿਕੇਟ, ਤੁਹਾਨੂੰ ਮੈਂ ਸ਼ੋਅ ਕਰ ਦਿੰਦਾ, ਇਹ ਸਰਟੀਫਿਕੇਟ ਉਹਨਾਂ ਨੂੰ ਮਿਲ ਗਿਆ ਸੀਗਾ। ਤਾਂ ਬਾਕੀ ਡਿਪੈਂਡ ਕਰਦਾ ਜੀ ਜਿਹੜੇ ਤੁਹਾਨੂੰ ਸਰਟੀਫਿਕੇਟ ਪ੍ਰੋਵਾਈਡ ਕਰਦੇ ਪਏ ਆ ਡਾਇਟ ਦੇ ਵਿੱਚ ਜਿਹੜੇ ਤੁਹਾਡਾ ਸਟਾਫ ਹੈ। ਨੋਰਮਲੀ ਤਾਂ ਫਿਲਹਾਲ ਤੁਹਾਡਾ ਆਧਾਰ ਕਾਰਡ ਦਾ ਜਿਹੜਾ ਡਿਗਰੀ ਦਾ ਸਰਟੀਫਿਕੇਟ ਹੁੰਦਾ ਉਹ ਜ਼ਰੂਰੀ ਹੁੰਦਾ ਹੈ, ਬਾਕੀ ਉਹਨਾਂ ਦੀ ਅਲੱਗ ਅਲੱਗ ਗਾਈਡਲਾਈਨਸ ਹੁੰਦੀਆਂ ਉਹ ਤੁਹਾਨੂੰ ਪਤਾ ਜੀ ਗੌਰਮੈਂਟ ਕੰਮ ਕਿੱਦਾਂ ਦੇ ਹੁੰਦੇ ਆ। ਤਾਂ ਬਾਕੀ ਤੁਸੀਂ ਸਾਰੇ ਸਮਝਦਾਰ ਹੋ। ਨੈਕਸਟ ਜਿਹੜਾ ਕੁਐਸਚਨ ਹੈ ਜਿਹੜਾ ਮੈਨੂੰ ਕਾਫੀ ਜ਼ਿਆਦਾ ਕਮੈਂਟ ਆ ਰਿਹਾ ਸੀ ਕਿ ਸਰ ਸਾਡਾ ਜਿਹੜਾ ਡਿਗਰੀ ਦਾ ਜਿਹੜਾ ਹਲੇ DMC ਹੈ ਉਹ ਹਲੇ ਤੱਕ ਨਹੀਂ ਆਇਆ। ਦੇਖੋ ਜੀ, ਤੁਹਾਨੂੰ ਪਤਾ ਡਿਊ ਟੂ COVID-19 ਸਾਰੇ ਕੰਮ ਰੁਕੇ ਹੋਏ ਨੇ, ਜਿਹੜੇ ਸਰਟੀਫਿਕੇਟ ਹੈ ਡਿਗਰੀਜ਼ ਹੈ ਕਈਆਂ ਦਾ ਹਲੇ ਪੇਪਰ ਵੀ ਨਹੀਂ ਹੋਏ, ਜਦਕਿ ਪੇਪਰ ਹੋ ਕੇ ਉਹਨਾਂ ਦਾ ਰਿਜ਼ਲਟ ਹੋ ਕੇ DMC ਬਾਅਦ ਜਾਣਾ ਚਾਹੀਦਾ ਸੀ। ਸੋ ਉਹਦੇ ਲਈ ਤੁਸੀਂ ਕੀ ਕਰਨਾ, ਤੁਹਾਨੂੰ ਦੇਖੋ ਜੀ ਉੱਥੇ ਹੀ ਵਿਜ਼ਿਟ ਕਰਨਾ ਪੈਣਾ ਡਾਇਟ ਅਤੇ ਉਹਨਾਂ ਨੂੰ ਸਾਰੀ ਗੱਲ ਦੱਸਣੀ ਪੈਣੀ ਹੈ ਕਿ ਡਿਊ ਟੂ COVID-19 ਨਾ ਸਾਡੇ ਹਲੇ ਇਗਜ਼ਾਮ ਹੋਏ ਨਾ ਸਾਡਾ ਫਾਈਨਲ ਦਾ ਰਿਜ਼ਲਟ ਆਇਆ, ਤਾਂ ਹੁਣ ਆਪਾਂ DMC ਕਿੱਥੋਂ ਲਾਉਂਗੇ। ਤਾਂ ਉਹਦੇ ਰਿਗਾਰਡਿੰਗ ਉਹੀ ਤੁਹਾਨੂੰ ਦੇਖੋ ਜੀ ਪ੍ਰੋਪਰਲੀ ਗਾਈਡ ਕਰ ਸਕਦੇ ਆ। ਜੇ ਮੈਂ ਤੁਹਾਨੂੰ ਐਸਟੀਮੇਸ਼ਨ ਦੇ ਹਿਸਾਬ ਨਾਲ ਦੱਸ ਵੀ ਦਿੱਤਾ ਕਿ ਇਵੇਂ ਹੋ ਸਕਦਾ ਹੈ ਤਾਂ ਵੀ ਪ੍ਰੋਪਰ ਨਹੀਂ ਹੈ। ਪ੍ਰੋਪਰ ਜਿਹੜਾ ਸਲਿਊਸ਼ਨ ਹੈ, ਪ੍ਰੋਪਰ ਜਿਹੜਾ ਆਂਸ ਤੁਹਾਨੂੰ ਡਾਇਟ ਵਿਜ਼ਿਟ ਕਰਕੇ ਹੀ ਮਿਲਣਾ ਹੈ। ਸੋ ਮੈਂ ਤੁਹਾਨੂੰ ਇਹੀ ਪ੍ਰੈਫਰ ਕਰੂੰਗਾ ਕਿ ਤੁਸੀਂ ਇੱਕ ਵਾਰ ਜਿਹੜਾ ਵੀ ਤੁਹਾਡਾ ਡਿਸਟ੍ਰਿਕਟ ਦਾ ਡਾਇਟ ਹੈ ਤੁਸੀਂ ਉੱਥੇ ਜਾਓ ਅਤੇ ਜਿਹੜੇ ਵੀ ਤੁਹਾਡੇ ਇੱਦਾਂ ਦੇ ਕੁਐਸਚਨ ਹੈ ਤੁਸੀਂ ਇੱਕ ਵਾਰ ਜ਼ਰੂਰ ਉਹਨਾਂ ਨੂੰ ਕੋ ਜਾ ਕੇ ਪੁੱਛੋ, ਉਹ ਤੁਹਾਨੂੰ 101% ਸਲਿਊਸ਼ਨ ਦਓਗੇ। ਬਿਕੋਜ਼ ਜੇਕਰ ਕਰੋ ਗੱਲ ਤੁਸੀਂ ਸਰਟੀਫਿਕੇਟ ਦੀ, ਸਰਟੀਫਿਕੇਟਸ ਕਾਫੀ ਲੇਟ ਆਉਣੇ ਆ ਜਿਹੜੀ ਤੁਸੀਂ ਡਿਗਰੀਜ਼ ਵਗੈਰਾ ਕਰਦੇ ਪਏ ਹੋ। ਅਤੇ ਜੇ ਮੈਂ ਗੱਲ ਕਰਾਂ PSTET 2018 ਦੇ ਸਰਟੀਫਿਕੇਟ ਦੀ, ਜੋ 2020 ਵਿੱਚ ਹੋਇਆ ਸੀ, ਉਹਦੇ ਸਾਰੇ ਮੈਕਸਿਮਮ ਜਿਹੜੇ ਡਾਇਟਸ ਦੇ ਵਿੱਚ ਸਰਟੀਫਿਕੇਟਸ ਆ ਗਏ ਆ। ਗੁਰਦਾਸਪੁਰ ਦੀ ਗੱਲ ਕਰਾਂ ਅਤੇ ਜਲੰਧਰ ਦੀ ਗੱਲ ਕਰਾਂ, ਇੱਥੇ ਮੇਰੇ ਜਿਹੜੇ ਸਬਸਕ੍ਰਾਈਬਰਸ ਹੈ ਦੇ ਸੈਟ ਕੀ ਸਰ ਸਾਨੂੰ ਸਰਟੀਫਿਕੇਟਸ ਮਿਲ ਗਏ ਆ, ਡਾਕੂਮੈਂਟਸ ਮੈਂ ਤੁਹਾਨੂੰ ਦੱਸਦਾ ਉਹਨਾਂ ਨੂੰ ਕਿਹੜੇ ਕਿਹੜੇ ਮੰਗੇ ਸੀਗੇ। ਬਾਕੀ ਡਾਇਟਸ ਦੇ ਵਿੱਚ ਵੀ ਆ ਗਿਆ, ਲੇਕਿਨ ਉਹ ਜਿਹੜੀਆਂ ਡਾਇਟਸ ਆ ਹਲੇ ਕਹਿੰਦੀਆਂ ਪਈਆਂ ਕਿ ਤੁਸੀਂ 1 week ਬਾਅਦ ਆਪਣੇ ਡਾਕੂਮੈਂਟਸ ਇੱਥੇ ਆ ਕੇ ਲਿਜਾ ਸਕਦੇ ਹੋ। ਬਾਕੀ ਤੁਹਾਨੂੰ ਪਤਾ ਹਰੇਕ ਡਾਇਟ ਦੇ ਆਪਣੇ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਨੇ। ਨੈਕਸਟ ਜਿਹੜਾ ਗੱਲ ਸੀਗੀ ਉਹ ਸੀਗਾ ਕਿ ਕੀ ਉਹੀ ਪਰਸਨ ਆਪਣਾ ਜਿਹੜਾ ਸਰਟੀਫਿਕੇਟ ਲੈਣ ਜਾਏ ਜਿਸ ਪਰਸਨ ਦਾ ਸਰਟੀਫਿਕੇਟ ਜਾਂ ਜਿਸ ਪਰਸਨ ਨੇ PSTET ਕੁਆਲੀਫਾਈ ਕੀਤਾ ਜਾਂ ਕੋਈ ਵੀ ਜਾ ਸਕਦਾ ਹੈ। ਦੇਖੋ ਫਰੈਂਡਸ, ਵੈਸੇ ਤਾਂ ਅਕੋਰਡਿੰਗ ਟੂ ਰੂਲ ਉਹੀ ਪਰਸਨ ਚਾਹੀਦਾ ਹੈ, ਬਿਕੋਜ਼ ਉੱਥੇ ਤੁਹਾਡੇ ਸਾਈਨ ਹੁੰਦੇ ਆ। ਜਿਸ ਫੋਰ ਐਗਜ਼ਾਮਪਲ, ਅਗਰ ਮੇਰਾ ਹੀ ਸਰਟੀਫਿਕੇਟ ਹੈ, ਅਗਰ ਮੈਂ ਡਾਇਟ ਦੇ ਵੀ ਸਰਟੀਫਿਕੇਟ ਲੈਣ ਜਾਂਦਾ ਹੈ, ਪਹਿਲੇ ਤਾਂ ਮੇਰੇ ਤੁਹਾਨੂੰ ਪਤਾ ਉੱਥੇ ਜੋ ਮੈਂ ਤੁਹਾਨੂੰ ਡਾਕੂਮੈਂਟ ਦੱਸੇ ਸੀ ਆਧਾਰ ਕਾਰਡ ਅਤੇ BEd ਦਾ ਜਿਹੜਾ ਸਾਡਾ DMC ਹੁੰਦਾ ਹੈ ਸਰਟੀਫਿਕੇਟ ਹੁੰਦਾ, ਉਹ ਤੁਸੀਂ ਲੈ ਕੇ ਜਾਣਾ ਹੈ। ਉਹ ਵੈਰੀਫਾਈ ਕਰਨ ਤੋਂ ਬਾਅਦ ਸਾਡੇ ਸਿਗਨੇਚਰ ਹੁੰਦੇ ਆ ਉੱਥੇ, ਉਹ ਸਿਗਨੇਚਰ ਸ਼ੋਅ ਕਰਦੇ ਆ ਕਿ ਇਸ ਪਰਸਨ ਨੇ ਆਪਣਾ ਜਿਹੜਾ ਸਰਟੀਫਿਕੇਟ ਹੈ ਉਹ ਲੈ ਲਿਆ। ਤਾਂ ਉਹਦੇ ਰਿਗਾਰਡਿੰਗ ਤੁਹਾਨੂੰ ਹੀ ਜਾਣਾ ਪਊਗਾ। ਬਾਕੀ ਫਿਲਹਾਲ ਫਿਰ ਵੀ ਜੇਕਰ ਤੁਹਾਨੂੰ ਕੋਈ ਡਾਊਟ ਹੈ, ਤੁਸੀਂ ਆਪਣੇ ਫਰੈਂਡਸ ਤੋਂ, ਕੁਲੀਗਸ ਤੋਂ ਇੱਕ ਵਾਰ ਪੁੱਛ ਸਕਦੇ ਹੋ ਜਿਨ੍ਹਾਂ ਨੇ ਸਰਟੀਫਿਕੇਟ ਲੈ ਲਿਆ। ਤਾਂ ਫਿਲਹਾਲ ਮੈਂ ਇੱਥੇ ਹੋਰ ਫਰੈਂਡਸ ਇੱਕ ਤੁਹਾਨੂੰ ਰਿਕੁਐਸਟ ਕਰਨਾ ਚਾਹਾਂਗਾ ਕਿ ਕਾਫੀ ਜ਼ਿਆਦਾ ਜਿਹੜੇ ਕੈਂਡੀਡੇਟਸ ਹੈਗੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਡਾਇਟ ਦਾ ਐਡਰੈਸ ਫਾਈਂਡ ਕਰਨ ਦੇ ਵਿੱਚ। ਮੈਂ ਪਹਿਲੇ ਵੀ ਇੱਕ ਵੀਡੀਓ ਦੇ ਵਿੱਚ ਬੋਲਿਆ ਸੀ, ਜੇਕਰ ਤੁਹਾਨੂੰ ਡਾਇਟ ਦਾ ਐਡਰੈਸ ਪਤਾ ਹੈ ਤੁਸੀਂ ਕੀ ਕਰਨਾ, ਕਮੈਂਟ ਬਾਕਸ ਦੇ ਵਿੱਚ ਡਾਇਟ ਦਾ ਐਡਰੈਸ ਦੇਣਾ। ਫੋਰ ਐਗਜ਼ਾਮਪਲ, ਜਿੱਦਾਂ ਮੈਂ ਹੁਸ਼ਿਆਰਪੁਰ ਹੈ, ਹੁਸ਼ਿਆਰਪੁਰ ਅੱਗੋਵਾਲ ਜਿਹੜਾ ਹੈਗਾ ਡਾਇਟ ਹੈ, ਉੱਥੇ ਤੁਸੀਂ ਜਸਟ ਡਾਇਟ ਦਾ ਐਡਰੈਸ ਦੇਣਾ।
अपना डिस्ट्रिक्ट लिख देना है अते हाइफन पा के सामने उदा एड्रेस लिख देना है सो दैट तुहाडे वी जिहड़े फ्रेंड्स है कुलीग्स है उन्हां नूं भी थोड़ी हैल्प हो सके एड्रेस नूं फाइंड आउट करने दे विच। सो फ्रेंड्स ये सी तुहाडे डाउट्स जिहड़े मैं इस वीडियो दे भी डिस्कस कीते है अते एक सब तो वड्डा जिहड़ा डाउट्स है जो अदर स्टेट वालिआं नूं आ रहा है वह है जी वह की है देखो पंजाब वालिआं दा क्लीयर है कि उन्होंने डिस्ट्रिक्ट दे विच उन्होंने सर्टिफिकेट्स आ जाने हैं लेकिन जिहड़े अदर स्टेट दे लाइक राजस्थान हो गया हरियाणा हो गया जिहड़े मैनू कमेंट्स आ रहे थे जिहड़े मेरे उत्थे दे सबसक्राइबर्स अदर जिहड़े इत्थे व्यूअर्स है तो देखो जी उन्हों का की है उन्होंने तो फिलहाल जे देखा जाए तो उन्होंने स्टेट विच तो नहीं जाओगे उन्होंने सर्टिफिकेट्स उन्होंने तो वैसे अकॉर्डिंग टू रूल मोहाली तो ही जिहड़ा पीएससीबी का ऑफिस है उतों ही लेने पैने हैं लेकिन मैं पीएससीबी वाले नाल गल की सी दे सैड कि जिहड़े सर्टिफिकेट्स आपां सारे एससीआरटी वाले नूं डाटा देता होया तो यह सारा डाटा एससीआरटी वाले को उन्हां को तुहानूं पता लगेगा एससीआरटी वाले का फिलहाल कोई कॉन्टैक्ट नहीं होया तो बाकी मैं किसी नूं पता करन बारे कहा जदों ही मैनूं पता लगता है कि जिहड़े अदर स्टेट के कैंडीडेट्स हैगे आ उन्हां नूं जिहड़े सर्टिफिकेट्स उन्हां दे किन्नूं किद्दां मिलूगे उहदा वीडियो मैं जल्द ही अपडेट कर दूंगा। सो बाकी जे कोई भी तुहाडा डाउट मैं इस वीडियो दे भी डिस्कस ना कीता होवे उस लई सॉरी बिकॉज जिन्ने मैनू कमेंट्स आए तो उन्होंने सारे नूं मैं मर्ज करके एक वीडियो बनाई है जेकर किसी का कोई डाउट या रह गया होए तो वो अगेन कमेंट कर सकता वो मैं डाउट कमेंट में एक्सप्लेन कर दूंगा। अते एक होर जिहड़ी बहुत ज़्यादा प्रॉब्लम आ रही थी गर्ल्स नूं उन्होंने की किया कि जिहड़ी उन्होंने एड्रैस फिल किया फॉर एग्जाम्पल कोई लेडी है या कोई गर्ल है उन्होंने एड्रैस लुधियाने का है ठीक है लेकिन आफ्टर मैरिज वो चले गए हुशियारपुर तो उन्होंने की किया लुधियाने का एड्रैस फिल किया होया तो हूँ ये इन्हों डाउट है कि उन्होंने सर्टिफिकेट लुधियाने जाके मिलेगा या हुशियारपुर तो मिलेगा। देखो जो तुम जिहड़ा भी अपना एड्रैस अपना जो पी एस टैट का फॉर्म फिल किया उपर एड्रैस फिल किया तो उस ही पर्टिकुलर एड्रैस के अकॉर्डिंग जी तुम डाइट पैंती है उत्थे तुम सर्टिफिकेट मिलेगा। सो फ्रेंड्स ये सारे डाउट्स जो काफ़ी ज़्यादा कमेंट सैक्शन में आ रहे थे स्टूडेंट्स के कैंडीडेट्स से एसपीरेंट्स से तो तुम भी उन्होंने कमेंट्स में एक बार रीड कर सकते हो जिन्ना तुहाडी भी थोड़ी हैल्प हो जाएगी। बाकी सारे डाउट्स मैं तुम्हें एक्सप्लेन करते हैं एक बार मैं फिर तुम्हें रिक्वेस्ट करना चाहवाँगा कि डाइट का एड्रैस जरूर दो जी कमेंट बॉक्स के बिकॉज काफ़ी ज़्यादा कैंडीडेट्स में प्रॉब्लम आ रही है डाइट को सर्च करने के रिगार्डिंग तो बाकी जेकर तुम डाइट कॉल करते हो फिलहाल फोन तो बहुत घट परसन चकते मैं खुद भी ट्राई किया है अते मैनू काफ़ी ज़्यादा कमेंट्स वगैरह भी आए या फ्रेंड्स मेरे ने भी दस्या भी है कि जेहड़े डाइट्स वगैरह दे फोन वगैरह नहीं चकते पे जे चकते भी पे है तो फिलहाल वो यही कहते पे कि तुसी वन वीक बाद अपने जेहड़े सर्टिफिकेट्स लै जो। बाकी गुरदासपुर की गल करा पठानकोट अते जेहड़ा जलंधर है इत्थे दे फिलहाल जेहड़े कैंडीडेट्स हैं उन्होंने सर्टिफिकेट मिल गई है ये मैं तुहानू एक इत्थे दसदा पिया सैंपल आ देखो जी ये पठानकोट दा तुहाडे इत्थे तुसी देख सकते हो सैंपल मैं शो किया कुछ इस तरह का तुहाडा पी एस टैट 2018 का सर्टिफिकेट होगा आ देखो जी पी एस टैट 2018 विद मैं प्रूफ भी लगाया बिकॉज अजकल दे टाइम दे विच विदाउट प्रूफ कोई भी यकीन नहीं करता तो आ देखो जी ये तुहानू मैं इत्थे शो भी कर देना आ देखो जी 23/3/2020 इत्थे डेट दिती हुई है पेपर फर्स्ट दा सी इहनां दा मार्क्स इहनां दा क्वालीफाइड आ मार्क्स फिलहाल आपां हाइड कीते होए आ। सो फ्रेंड्स ये सी वीडियो रिगार्डिंग जिहड़े तुहाडे डाउट सी जेकर कोई भी डाउट रह गया होए तां तुसीं कमेंट बॉक्स दे विच कमेंट करके उहदा सलूशन लै सकदे हो अते नाल दे नाल वीडियो नूं जरूर अपने फ्रेंड्स नाल शेयर करना सो दैट ये डाउट सिर्फ तुहानूं नहीं है काफ़ी ज़्यादा कैंडीडेट्स नूं है जिहड़े मैं इत्थे डाउट एक्सप्लेन किए या डिस्कस किए इस वीडियो दे विच सो दैट उहनां नूं भी इहदा सलूशन मिल सके अते नाल दे नाल चैनल नूं भी जरूर सबसक्राइब करना सो दैट इन फ्यूचर जिहड़ी भी इदां दी लेटेस्ट अपडेट्स आउंदियां है उहदा नोटिफिकेशन तुहानूं टाइम नहीं मिलता रहे। सो थैंक यू फ्रेंड्स फॉर वॉचिंग दिस वीडियो एंड फॉर यू वैल्युएबल टाइम।